ਸਭ ਤੋਂ ਪਹਿਲਾਂ ਮੈਂ ਅਜਨਾਬੇ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੈਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਇਸ ਤਿਉਹਾਰ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਅੱਜ ਦੇ ਦਿਨ ਅੱਛਾਈ ਦੀ ਬੁਰਾਈ 'ਤੇ ਜਿੱਤ ਹੋਈ ਸੀ। ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਹਮੇਸ਼ਾ ਹੀ ਸੱਚਾਈ ਦੇ ਰਸਤੇ ਵਿੱਚ ਚੱਲੋ ਤਾਂ ਜੋ ਆਪਾਂ ਆਪਣਾ ਜੀਵਨ ਸਫਲ ਬਣਾ ਸਕੀਏ। ਧੰਨਵਾਦ ਜੀ। ਇਹ 5 ਲੱਖ ਰੁਪਈਆ ਸਾਡੇ ਸਰਦਾਰ ਸਾਧੂ ਸਿੰਘ ਜੀ ਧਰਮਸੋਤ ਕੈਬਨਿਟ ਮੰਤਰੀ ਪੰਜਾਬ ਉਹਨਾਂ ਨੇ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ 5 ਲੱਖ ਰੁਪਈਆ ਇਸ ਸਟੇਡੀਅਮ ਦੇ ਜਿਹੜਾ ਰਾਮਲੀਲਾ ਗਰਾਊਂਡ ਆ ਉਹਦੇ ਸ਼ੈੱਡ ਵਾਸਤੇ ਦਿੱਤਾ। ਅੱਜ ਉਹਨਾਂ ਦੀ ਹਾਜ਼ਰੀ ਉਹਨਾਂ ਦੇ ਪਿਆਰੇ ਬੇਟੇ ਗੁਰਪ੍ਰੀਤ ਧਰਮਸੋਤ ਜੀ ਇੱਥੇ ਸਾਥੀਆਂ ਸਮੇਤ ਲਾ ਰਹੇ ਨੇ, ਕਿਉਂਕਿ ਮੰਤਰੀ ਸਾਹਿਬ ਦੀ ਡਿਊਟੀ ਜਿਹੜੀ ਜਲਾਲਾਬਾਦ ਲੱਗੀ ਹੋਈ ਆ ਉਹਦੇ ਕਰਕੇ ਉਹਨਾਂ ਨੇ ਆਪਣੇ ਬੇਟੇ ਗੁਰਪ੍ਰੀਤ ਧਰਮਸੋਤ ਜੀ ਨੂੰ ਇੱਥੇ ਭੇਜਿਆ। ਔਰ ਮੈਂ ਸਾਧੂ ਸਿੰਘ ਧਰਮਸੋਤ ਜੀ ਦਾ ਸੇਵਾਦਾਰ ਹੋਣ ਦੇ ਨਾਤੇ ਉਹਨਾਂ ਦਾ ਪਰਿਵਾਰ ਵੱਲੋਂ ਅੱਜ ਨਾਭਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ। ਇਸ ਸਰ 70 ਸਾਲ ਤੋਂ ਇਹ ਪੁਰਾਣਾ ਹਾਈਕੋਰਟ ਰਾਮਲੀਲਾ ਗਰਾਊਂਡ ਦੇ ਵਿੱਚ ਦੁਸਹਿਰਾ ਨਾਭਾ ਸ਼ਹਿਰ ਵੱਲੋਂ ਮਨਾਇਆ ਜਾ ਰਿਹਾ। ਅੱਜ ਵੀ ਉਸੇ ਤਰ੍ਹਾਂ ਬਹੁਤ ਭਾਰੀ ਇਕੱਠ ਹੋ ਰਿਹਾ ਜੀ। ਸਾਡੇ ਸਰਦਾਰ ਸਾਧੂ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਆ ਰਹੇ ਨੇ ਜੀ, ਜਿਹਦੇ 'ਚ ਸਾਰਾ ਪ੍ਰਸ਼ਾਸਨ ਆਇਆ ਪਿਆ। ਅੰਮ੍ਰਿਤਸਰ ਦੀ ਜਿਹੜੀ ਦਰਬਾਰ ਸਾਹਿਬ ਅਸਤਵਾਜੀ ਚੱਲਦੀ ਹੈ ਉਹੀ ਇੱਥੇ ਅਸਤਵਾਜੀ ਆਈ ਹੈ। ਪਹਿਲਾਂ ਅਸੀਂ ਪ੍ਰਦਰਸ਼ਨ ਥੱਲੇ ਕਰਾਂਗੇ, ਫਿਰ ਰਾਮ ਦੇ ਪੁੱਤਰੇ ਨੂੰ ਸਾਡੇ ਅੱਗੇ। ਨਾਭੇ ਦੇ ਵਿੱਚ 3 ਥਾਂ 'ਤੇ ਰਾਮਲੀਲਾ ਖੇਡੀ ਗਈ, ਜਿਹੜੀ ਖੇਡਣ ਉਪਰੰਤ ਅੱਜ 3 ਥਾਂ 'ਤੇ ਦੁਸਹਿਰਾ ਮਨਾਈ ਜਾ ਰਿਹਾ। 3 ਹੀ ਜਗ੍ਹਾ 'ਤੇ ਬਹੁਤ ਵਧੀਆ ਸਕਿਉਰਟੀ ਅਰੇਂਜਮੈਂਟ ਕੀਤੇ ਨੇ। ਇੱਥੇ ਜਿਹੜਾ ਮੇਨ ਦੁਸਹਿਰੇ ਦਾ ਫੰਕਸ਼ਨ ਆ ਉਹ ਇਹ ਪੁਰਾਣਾ ਹਾਈਕੋਰਟ ਦੇ ਵਿੱਚ ਆ, ਜਿੱਥੇ ਮੇਰੇ ਸਮੇਤ 32 ਤੋਂ 35 ਮੁਲਾਜ਼ਮ ਡਿਪਲਾਈ ਕੀਤੇ ਨੇ। ਸਾਰੇ 4 ਸਵੇਰੇ ਅਰੇਂਜ ਕਵਰ ਕਰਕੇ ਬੜੀ ਵਧੀਆ ਤਰੀਕੇ ਨਾਲ ਅਰੇਂਜ ਕਰਕੇ ਪਬਲਿਕ ਨੂੰ ਆਉਣ ਲਈ ਕਨਵੀਨੀਅੰਟ ਬਣਾਏ ਗਏ। ਸਾਰੇ ਰਸਤੇ VIP ਦਾ ਜਿਹੜਾ ਰੂਟ ਆ ਉਹ ਅੱਡ ਤਿਆਰ ਕੀਤਾ ਗਿਆ। ਗਰਾਊਂਡ 'ਚ ਸਾਰੇ ਸੁਰੱਖਿਆ ਪ੍ਰਬੰਧ ਕੀਤੇ।